ਬਾਣੀ ਪੜ ਰਿਹਾ ਉਹ ਬੰਦਾ ਜਾ ਕੇ ਗ੍ਰੰਥੀ ਸਿੰਘ ਨਾਲ ਕੁੱਟਮਾਰ ਕਰ ਰਿਹਾ ਬੇਅਦ ਵੀ ਕਰ ਰਿਹਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਉੱਥੇ ਗੁਰੂ ਘਰ ਦੇ ਅੰਦਰ ਬਿਲਕੁਲ ਸ਼ਰਿਆ ਨੰਗਾ ਹੋਇਆ ਇੱਕ ਖਾਨ ਨੰਗਾ ਹੋਇਆ ਉਹਦੇ ਬਾਰੇ ਕਿਉਂ ਨਹੀਂ ਬੋਲਦੇ ਆ ਤੁਸੀਂ ਸਾਡੇ ਜਥੇਦਾਰ ਉੱਥੇ ਪਹੁੰਚ ਗਏ ਕਿੱਥੇ ਪਹੁੰਚੇ ਰਾਜਾ ਰਾਜ ਪਹੁੰਚੇ ਜਦੋਂ ਉੱਥੇ ਪਹੁੰਚੇ ਨੇ ਸਾਡੇ ਜਥੇਦਾਰ ਨੇ ਗਾਉ ਤਾਂ ਕਿ ਜਿੱਤੇ ਨੇ ਜਦੇ ਉਹਨਾਂ ਨੇ ਉਹਦੇ ਠੀਕ ਆ ਨਹੀਂ ਉਹ ਪਹੁੰਚ ਗਏ ਇਹਨਾਂ ਨੂੰ ਪੁਲਿਸ ਲੈ ਗਈ ਜਾਨੂੰ ਨਹੀਂ ਉਹਦਾ ਖੋਦਾ ਲੱਗ ਰਿਹਾ ਨਹੀਂ ਵੀ ਪੁਲਿਸ ਦੇ ਖੋਦਾ ਲੈਣ ਹੋਈ ਹੈ ਅੱਜ ਤਾਂ ਇਹਨਾਂ ਦੇ ਹੱਥ ਆ ਗਿਆ ਸੀ ਕਿਵੇਂ ਕੱਲਿਆਂ ਨੂੰ ਅਗਲਾ ਵੀ ਕੀ ਕਰਨਾ ਕੀ ਨਹੀਂ ਕਰਨਾ ਸ਼ਰਿਆ ਮੈਂ ਗੁਟਕਾ ਸਾਹਿਬ ਲੈ ਕੱਲੇ ਆ ਕੇ ਇਹ ਅਸੀਂ ਤਾਂ ਇਹ ਗੱਲ ਕਹੀ ਆ ਵੀ ਜਦੋਂ ਅਸੀਂ ਉਹਦੇ ਹੱਥ ਚ ਨਹੀਂ ਹੈਗੇ ਅਸੀਂ ਤਾਂ ਕਹਿੰਦੇ ਆ ਜੀ ਉਹਦਾ ਤੁਹਾਡੇ ਕੋਲ ਕੂਪ ਹੈਗਾ ਪੱਕਾ ਤੁਸੀਂ ਉਹਨੂੰ ਸੋਧਾ ਲਾ ਦੋ ਪਹਿਲੀ ਤਾਂ ਗੱਲ ਇਹ ਆ ਤੁਸੀਂ ਕਹਿੰਦੇ ਜਥੇਬੰਦੀਆਂ ਆ ਰਹੀਆਂ ਤੁਸੀਂ ਜਥੇਬੰਦੀਆਂ ਨੂੰ ਨਾਲ ਲੈਂਦੇ ਪੰਜ ਨੂੰ ਨਾਲ ਲੈਂਦੇ ਉੱਥੇ ਉਹਦਾ ਸੋਧਾ ਲਾਉਂਦੇ ਪੰਜ ਨੂੰ ਪਤਾ ਸੀ 2 ਘੰਟੇ ਪਹਿਲਾਂ ਦਾ ਮੈਂ ਸਾਬਤ ਕਰ ਦੂੰ ਜਥੇਬੰਦੀ ਕਿਹੜੀ ਲੈ ਕੇ ਜਾਂਦੇ ਕਿਹੜੀ ਜਥੇਬੰਦੀ ਲੈ ਕੇ ਜਾਵਾਂ ਜਥੇਬੰਦੀ ਖੜੀ ਆ ਜਾਂ ਲਿੰਕ ਤੇ ਨਹੀਂ ਮੈਂ ਤੂੰ ਮੇਰੀ ਗੱਲ ਸੁਣ ਤੂੰ ਲੜਾਈ ਵਾਲੀ ਗੱਲ ਕਰਦਾ ਅਸੀਂ ਸਰਸਰੀ ਗੱਲ ਕਰਦੇ ਹਾਂ ਜਿਹੜੇ ਲੜਾਈ ਵਾਲੀ ਅਸੀਂ ਸਰਸਰੀ ਗੱਲ ਕੀ ਗੱਲ ਹੋ ਰਹੀ ਨਾ ਮੇਰੀ ਗੱਲ ਚੱਲ ਰਹੀ ਆ ਤੁਹਾਨੂੰ ਇੱਕ ਮਿੰਟ ਸਹੀ ਖਣੀ ਸਹੀ ਨਹੀਂ ਮੇਰੀ ਇਹਨਾਂ ਨਾਲ ਗੱਲ ਚੱਲਦੀ ਆ ਨਾ ਮੇਰੇ ਬਾਰੇ ਹੀ ਬੋਲਦੇ ਪਏ ਹੋ ਇੱਕ ਮਿੰਟ ਯਾਰ ਕਹਿੰਦੇ 2 ਮਿੰਟ ਚੁੱਪ ਕਰ ਜਾ ਬੱਚੇ ਮੈਨੂੰ ਤਾਂ ਅਸੀਂ ਇਹ ਗੱਲ ਕਹਿੰਦੇ ਆ ਵੀ ਸੁਣਦੇ ਲਾਓ ਭਾਈ ਉਹਨੂੰ ਤਾਂ ਗਾਲ ਕੱਢੀ ਤੇ ਤਾਂ ਤੁਸੀਂ ਮਗਰ ਪੈਨੇ ਪਿਓ ਗਾਲ ਕੱਢ ਤੇ ਨਾਮ ਦਿੰਦੇ ਪਿਓ ਵੀ ਗੁਟਕਾ ਸਾਹਿਬ ਆਪ ਲੈ ਕੇ ਗਿਆ ਵਾ ਓਏ ਅਸੀਂ ਨਹੀਂ ਕਹਿੰਦੇ ਤੁਸੀਂ ਕਹਿੰਦੇ ਪਏ ਨੇ ਜਾ ਕੇ ਪਿੰਡਾਂ ਕਰੇ ਕੋਈ ਮੂਹਰੇ ਤਾਂ ਆਇਆ ਨਹੀਂ ਮੇਰੇ ਨਾਲ ਮੇਰੀ ਗੱਲ ਨਹੀਂ ਕਰਦੇ ਸਾਰੇ ਹਣੀ ਸਿੰਘ ਪਤਾ ਹੀ ਮੇਰੀ ਗੱਲ ਨਹੀਂ ਕਰਦੇ ਸੀ ਤੁਹਾਨੂੰ ਬਹਿਸ ਕਰਨ ਦੀ ਲੋੜ ਨਹੀਂ ਮੇਰੀ ਗੱਲ ਸੁਣੋ ਤੁਸੀਂ ਸਹੀ ਕੰਮ ਕੀਤਾ ਅਸੀਂ ਤੁਹਾਡੇ ਨਾਲ ਚਲੋ ਆ ਜਾਓ ਪਿੰਡ ਵਾਲਾ ਆਉਂਗਾ।